ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦੀ? ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅੱਜ ਮੈਨੂੰ ਮੇਰੇ ਉਸਤਾਦ ਜੀ ਨੇ ਸਬਜ਼ੀਆਂ ਬਣਾਉਣੀਆਂ ਸਿਖਾਉਣੀਆਂ ਨੇ, ਕਿਉਂਕਿ ਐਮਰਜੈਂਸੀ ਸਿਚੁਏਸ਼ਨਾਂ ਦੇ ਵਿੱਚ ਜਿਉਣਾ ਕੰਮ ਆ ਜਾ ਕਰੇਗਾ। ਅਤੇ ਮੈਂ ਹੁਣ ਕਿਰਨ ਤੋਂ ਬਣਾਉਣੀ ਸਿੱਖਾਂ ਸਬਜ਼ੀ। ਸਿਖਾਓਗੇ ਤਾਂ ਮੈਂ ਬਣਾਵਾਂਗਾ। ਤੁਸੀਂ ਉੱਠ ਨਹੀਂ ਹੁੰਦੇ, ਫੋਨ ਤੇ ਫੋਨ, ਫੋਨ ਤੇ ਫੋਨ ਸੁਣੀ ਜਾ ਰਹੇ ਹੋ ਤੇ ਹੁਣ ਕੰਮ ਨਹੀਂ ਕਰਨਾ? ਰੋਟੀ ਵੀ ਤਾਂ ਖਾਣੀ ਆ ਨਾ ਫਿਰ। ਸਬਜ਼ੀ ਮੈਂ ਤਾਂ ਬਣਾਉਣੀ ਸਿੱਖਣੀ ਹੈ, ਮੈਂ ਤਾਂ ਸਿਰਫ ਉਹ ਹਾਂ। ਕੀ ਗੱਲ, ਆਂਦੀ ਕਿਉਂ ਨਹੀਂ ਤੁਹਾਨੂੰ ਆਂਦੀ? ਮੈਂ ਬੜੇ ਇੰਨੀ ਵਾਰੀ ਸਿਖਾਤੀ, ਭੁੱਲ ਜਾਂਦੇ ਤੁਸੀਂ ਸਬਜ਼ੀ ਬਣਾਉਣੀ? ਭੁੱਲ ਜਾਂਦਾ ਹੁਣ ਮੈਂ ਕੀ ਕਰਾਂ? ਮੈਂ ਕਈ ਵਾਰ ਸਬਜ਼ੀ ਵਿੱਚ ਲੂਣ ਜ਼ਿਆਦਾ ਪਾਤਾ, ਫਿਰ ਤੁਹਾਡੀ ਸਬਜ਼ੀ ਵੇਸਟ ਜਾਏਗੀ। ਨਹੀਂ ਜਾਂਦੀ। ਉਹ ਵੇਖੋ ਗੂਗਲ ਜੀ ਵਾਜਾ ਮਾਰ ਰਹੀ ਖੇਡਦੀ ਹੈ। ਚਲੋ ਫਿਰ, ਸਬਜ਼ੀ ਪਲੇਟ ਹੋਣ ਦੇ ਆ। ਚਲੋ ਕੋਈ ਨਹੀਂ, ਲਸਣ ਛੇਲ ਦੋ, ਬਾਕੀ ਕੰਮ ਮੇਰਾ। ਹਾਂ ਬਸ ਲਸਣ ਛੇਲ ਦੋ, ਬਾਕੀ ਕੰਮ ਮੇਰਾ। ਮੈਂ ਕਿਹਾ ਰਹਿ ਕੇ ਗਿਆ ਮਗਰ। ਗੰਡੇ ਤੁਸੀਂ ਕੱਟ ਦੋਗੇ? ਨਹੀਂ, ਗੰਡੇ ਵੀ ਮੈਂ ਕੱਟਣੇ ਨੇ। ਆਲੂ ਵੀ ਮੈਂ ਕੱਟਣੇ ਨੇ। ਆਲੂ ਨਹੀਂ ਪਾਉਣਾ, ਆਲੂ ਇੱਕ ਅੱਧਾ ਪਾਉਣਾ ਵਾ ਵੈਸੇ ਹੀ, ਸ਼ੌਂਗਲੀ। ਹਾਂ, ਜਿਵੇਂ ਗਰੇਵੀ ਜੀ ਥੋੜੀ ਜਿਹੀ ਉਹ ਹੋ ਜਾਂਦੀ, ਠੀਕ ਹੋ ਜਾਂਦੀ ਏ। ਹਾਂਜੀ, ਲੋਕਾਂ ਦੀਆਂ ਨਜ਼ਰਾਂ ਚ ਮੈਂ ਆਏ ਹਾਏ, ਦੱਸੋ ਪਸੰਦ ਨਹੀਂ ਆ ਰਹੇ ਝੂਲੇ? ਹੈਗੀਆਂ ਤੁਹਾਡੀ ਨਾਲ ਹੀ ਅਸੀਆਂ ਗੇਡੀਆਂ ਕਰ ਲੋ। ਮੈਂ ਸਬਜ਼ੀ ਬਣਾਉਣਾ ਬਾਬੂ, ਮੰਮੀ ਨੇ ਅੱਜ ਡਾਇਆ ਮੈਨੂੰ ਕੰਮ ਵਿੱਚ। ਫਟਾਫਟ ਚਲੋ ਜੀ, ਇੰਨਾ ਟਾਈਮ ਨਹੀਂ ਗਾ ਮੇਰੇ ਕੋਲ, ਮੈਂ ਖੜਾ ਰਹਾਂ ਹੁਣ ਵਿਹਲਾ ਉੱਥੇ। ਨਹੀਂ ਨਹੀਂ ਕੋਈ ਗੱਲ ਨਹੀਂ, ਚੱਲ ਦੋ ਗੰਡੇ ਗੁੰਡੇ ਫੜਾਓ ਜੀ। ਉਹ ਮੈਂ ਦੋ ਗੰਡੇ ਰੱਖਦੇ ਆ, ਜਿੰਨਾ ਜਿੰਨਾ ਸਮਾਨ ਪਾਉਂਦੇ ਧਿਆਨ ਰੱਖਣਾ ਵਾ। ਕੱਲ ਨੂੰ ਜਦੋਂ ਦੀ ਸਬਜ਼ੀ ਫੇਰ ਬਣਾਉਣੀ, ਇਹ ਨਹੀਂ ਵੀ ਤੁਸੀਂ ਵੀ ਮੈਂ ਤੁਹਾਡੀ ਵੀਡੀਓ ਬਣਾਉਂਦੀ ਤੇ ਚੋਰ ਚੋਰ ਚ ਸਬਜ਼ੀ ਬਣਾ ਦੋ ਤੇ ਯਾਦ ਕੁਛ ਨਾ ਰੱਖੋ ਵੀ ਕੀ ਕੁਛ ਪਾਇਆ ਵਾ। ਮੈਨੂੰ ਦੱਸੋ ਆਹ ਗੰਡੇ ਪਾਣੇ ਨੇ, ਲਸਣ ਤੁਸੀਂ ਪਾਤਾ ਆਹ ਦੇ ਕੱਪ ਜਿਹੇ ਚ, ਅਦਰਕ ਉਹ ਲਸਣ ਥੋੜਾ ਸੀ ਨਾ ਇਹ ਕੱਪ, ਇਹ ਇਹਦਾ ਬੰਦ, ਅੱਛਾ ਇਹ ਉਲਟਾ ਬੰਦ ਹੋਏਗਾ, ਇਹ ਇਸ ਤੇ ਲੱਗ ਜਾਏਗਾ ਤੇ ਫਿਰ ਇਹ ਮਸ਼ੀਨ ਕਿੱਥੇ ਦੀ? ਮਸ਼ੀਨ ਵੀ ਦੇ ਦੂੰਗੀ, ਪਹਿਲਾਂ ਜੋ ਕਰਨੀ ਹੋ ਕਰੋ। ਅੱਛਾ ਅਦਰਕ ਵੀ ਛਿੱਲੋ? ਅਦਰਕ ਛਿੱਲੋ, ਇਹਦੇ ਲੰਮੇ ਲੰਮੇ ਛੋਟੇ ਛੋਟੇ ਪੀਸ ਕਰਕੇ ਇਹਦੇ ਵਿੱਚ ਪਾਓ। ਹੋਰ ਕੀ ਬਸ, ਆ ਦੋ ਮਿਰਚਾਂ ਵੀ ਦੇ ਦੋ। ਮਿਰਚਾਂ ਦੇ ਦਿੰਦੀ ਲਿਓ। ਆ ਬੋਰੀ 'ਚ ਬੜਾ ਲਪੇਟ ਲਪੇਟ ਰੱਖਿਆ ਸਮਾਨ ਹੈ ਜੀ। ਤੁਹਾਨੂੰ ਕੀ ਹੋਈ ਜਾਂਦਾ ਸੋਹਣਿਓ? ਰੋਟੀ ਖਾਣੀ ਭੁੱਖ ਲੱਗੀ ਆ। ਅੱਜ ਜੋਨੇ ਨੇ ਬਣਾਉਣੀ ਹੈ ਜੀ ਕਾਲੇ ਚਨੇ ਦੀ ਸਬਜ਼ੀ। ਛਿੱਲ ਕੇ ਧੋ ਕੇ ਫਿਰ ਪਾਇਓ। ਮੈਂ ਬਿਨਾ ਧੋਏ ਪਾਵਾਂਗਾ। ਚਲੋ ਚਲੋ ਰਜਲ। ਹਾਂਜੀ ਕੀ ਗੱਲ ਸੀ, ਕੀ ਗੱਲ ਸੀ ਦੱਸੋ? ਮਜ਼ਾ ਨਹੀਂ ਆਉਂਦਾ ਤੁਹਾਨੂੰ ਇਹਦੇ 'ਚ? ਹੈਂ ਦੱਸੋ, ਇਹਦੇ 'ਚ ਮਜ਼ਾ ਨਹੀਂ ਆਉਂਦਾ? ਕਿੱਡੇ ਮਜ਼ੇ ਨਾਲ ਦੇਖ ਰਹੀ ਹੈ, ਮਤ ਕਹੋ ਜੀ। ਰੋਣਾ ਨਹੀਂ ਹੈ, ਗੱਡੇ ਚੱਲਣੇ ਆ। ਮਿਰਚਾਂ ਨਹੀਂ ਜਾਂਦੀਆਂ, ਇਹ ਕੌੜੀਆਂ ਨਹੀਂ ਆ। ਧੋ ਕੇ ਤੇ ਇਹਨਾਂ ਨੂੰ ਵੀ ਥੋੜੇ ਛੋਟੇ ਛੋਟੇ ਪੀਸ ਇਹਦੇ ਵਿੱਚ ਕੱਟ ਲਿਆ ਮੈਂ ਗੰਡਾ, ਅਦਰਕ, ਮਿਰਚਾਂ ਤੇ ਲਸਣ। ਹੁਣ ਇਹਨਾਂ ਢੱਕਣ ਕਰ ਦੇਣਾ ਬੰਦ,
ਤੇ ਹੁਣ ਮੈਨੂੰ ਪਤਾ ਨੀ ਇਹਦਾ ਕਰਨਾ ਕੀ ਹੈ, ਡੱਕਣ ਇਹਨੂੰ ਹੱਥ ਨਾ ਘੁਮਾਵਾਂ। ਗੰਡੇ ਪਿਆਜ ਵਿੱਚ ਪਾ ਕੇ ਟੁਰ ਟੁਰ ਕਰ ਦਿੰਦੇ ਨੇ। ਉਹਨੇ ਮਸ਼ੀਨ ਨੂੰ ਬਾਹਰ ਕੱਢ ਲਓ, ਉਹਦੇ ਚ ਉਹਦਾ ਟੱਕਾ ਲਾਉਣਾ ਪੈਣਾ ਨਾ, ਲੱਗ ਗਿਆ ਟੱਕਾ। ਸਬਜ਼ੀਆਂ ਪਾਣੀ ਪਾਉਣ ਲਈ ਵੇਖੋ ਬੋਤਲਾਂ, ਵੇਖੋ ਕਿਵੇਂ ਲਿਸ਼ਕਾ ਲਿਸ਼ਕਾ ਰੱਖੇ ਨੇ ਬੜੇ ਇੱਥੇ। ਸਫਾਈ ਨੀ ਹੁੰਦੀ ਬੜੇ ਇੱਥੇ, ਤੁਸੀਂ ਖਾਣਾ ਖਜਾਣ ਵਾਲੀ ਕੁੱਕ ਹੋ ਨਾ। ਕਿੰਨੀ ਸਬਜ਼ੀ ਪਾਉਣੀ ਹੈ, ਕਿੰਨਾ ਤੇਲ ਪਾਉਣਾ ਦੱਸ ਦਿਓਗੇ ਤਾਂ ਮੈਂ ਜ਼ਿਆਦਾ ਪਾ ਦਾ। ਬਹੁਤ ਯਾਰ, ਹੋਰ ਪਾਓ ਥੋੜ੍ਹਾ ਜਿਹਾ ਮਸਾਲਾ, ਜ਼ਿਆਦਾ ਹੁੰਦਾ ਨਾ ਸਬਜ਼ੀ ਵਾਸਤੇ। ਮੈਂ ਤਾਂ ਤੇਲ ਹੀ ਪਲਾ ਦੇਣਾ ਤੁਸੀਂ, ਮੈਂ ਤਾਂ ਮੇਰਾ ਨਹੀਂ ਲੱਗ, ਤੁਹਾਨੂੰ ਵੈਸੇ ਲੱਗ ਰਿਹਾ ਹੁਣੇ ਜਦੋਂ ਸਬਜ਼ੀ 'ਚ ਮਸਾਲਾ ਪਾਓਗੇ ਸਾਰਾ ਉਹਦੇ ਵਿੱਚ ਲੱਗ ਜਾਣਾ। ਹੈਬਿਟ ਬਣਾਓ ਨਾ, ਹੈਬਿਟ ਬਣਾਓ ਦੂਸਰੇ ਪਾਸੇ ਚੱਕਣ ਦੀ। ਹਾਂ ਬਸ ਠੀਕ ਹੈ, ਕੀ ਪਾਵਾਂ ਇਹਦੇ 'ਚ? ਪਿਊਰੀ ਨੀ ਪਾਣੀ ਜਿਹੜੀ ਬਣਾਈਏ, ਪਹਿਲਾਂ ਜੀਰਾ ਪਾਓ ਫਿਰ ਪਿਊਰੀ ਪਾਵਾਂਗੇ। ਕੱਢੋ ਧਿਆਨ ਨਾਲ ਕੱਢਿਓ ਸਮਾਨ, ਇਹ ਵੀ ਬਣੀ। ਪਹਿਲਾਂ ਜੀਰਾ ਚੱਕੋ, ਜੀਰੇ ਦੇ ਚ ਕਿੰਨਾ ਜੀਰਾ ਪਾਓ ਪਾਓ, ਹੈਗਾ ਵੀ ਖਤਮ ਹੋ ਗਿਆ, ਥੋੜਾ ਜਿਹਾ ਹੋਰ ਪਾ ਦੋ। ਅੱਛਾ ਹੁਣ ਬਸ, ਹੁਣ ਪਿਊਰੀ ਪਾਓ ਪਾਓ, ਸਾਰਾ ਪਿਊਰੀ। ਧਿਆਨ ਨਾਲ ਉਹਦੇ ਵਿੱਚ ਡੁੱਲ ਜਾਣੀ ਜੇ, ਸਿੱਧੀ ਕਰੋ। ਕੜਛੀ ਨੀ ਕੱਢੀ ਇਹ ਤੁਸੀਂ ਨਾ ਢਿੱਲੇ ਉਸਤਾਦ, ਸਮਾਨ ਪੂਰਾ ਨੀ ਰੱਖਦੇ। ਵੱਡੀ 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 ਚੱਲ ਰਹਿਣ ਦੋ, ਇਹ ਨਹੀਂ ਆਉਣਾ ਇਹਦੇ ਵਿੱਚ ਨਹੀਂ, ਅਸੀਂ ਟਮਾਟਰ ਕਰਨੇ ਉਹਦੇ ਨਾਲ ਹੋ ਜਾਊਗਾ, ਇਹ ਟਮਾਟਰ ਕਰਨੇ ਹੈ ਇਹਦੇ 'ਚ। ਤੁਸੀਂ ਪਹਿਲਾਂ ਇਹਨੂੰ ਕੜਛੀ ਮਾਰੋ, ਇਹਨੂੰ ਰਹਿਣ ਦੋ, ਟਮਾਟਰ ਕਰਨੇ ਇਹਦੇ 'ਚ। ਅੱਛਾ ਟਮਾਟਰ ਵੀ ਹਲੇ ਕਰਨੇ, ਬੜਾ ਹੋ ਜਾਣੇ ਟਮਾਟਰ ਕੱਟੀ ਹੋਣ ਦੀ ਗੱਲ। ਹੁਣ ਨਾਲ ਟਮਾਟਰ ਕੱਢ ਕੇ ਕਰੋ ਫਿਰ ਇਹਦੇ 'ਚ, ਇਹ ਤਾਂ ਫਿਰ ਪਹਿਲਾਂ ਕਟਾਣੀ ਸੀ ਤਾਂ ਸੜ ਜਾਏਗੀ। ਹਾਂ ਟਮਾਟਰ ਦੀ ਵੀ ਇੱਦਾਂ ਪਿਊਰੀ ਬਣਾ ਲਿਓ ਨਾ, ਬਣ ਗਈ ਹੈ। ਯੈਸ ਮੈਡਮ, ਟਮਾਟਰ ਪਿਊਰੀ ਮਾਰੋ ਕਲੋਜ਼ ਅਪ। ਸਹੀ ਦੱਸਾਂ ਬਹੁਤ ਸੌਖਾ ਕੰਮ ਹੈ, ਪਿਆਜ ਪਿਊਜ ਵਿੱਚ ਹੋ ਜਾਂਦੇ ਨੇ ਨਾ, ਕੱਟਣ ਦੀ ਲੋੜ ਨਹੀਂ ਗੀ, ਮੈਨੂੰ ਬੜਾ ਸੌਖਾ ਲੱਗਿਆ। ਬਹੁਤ ਜਾਣਾ ਹੁਣ ਵੇਖੇ ਤੁਸੀਂ, ਤਰੀ ਵਾਲੀ ਸਬਜ਼ੀ ਸਾਰੀਆਂ ਇੱਦਾਂ ਹੀ ਬਣਦੀਆਂ, ਜਿਵੇਂ ਰਾਜਮਾ, ਛੋਲੇ, ਦਾਲਾਂ, ਜਿਹੜੀ ਬਸ ਸੁੱਕੀ ਸਬਜ਼ੀ ਹੈ ਬਸ ਉਹ ਮੋਟਾ ਮੋਟਾ ਪਿਆਜ ਕੱਟ ਕੇ। ਹੁਣ ਇਹ ਕੀ ਬਣਿਆ ਹੋਰ ਦੱਸੋ। ਹੁਣ ਮਸਾਲੇ ਐਡ ਕਰੋ,
ਕਿੰਨੇ ਕੁ ਲੂਣ ਪਾਣਾ? ਲੂਣ ਪਾਣਾ ਪੈਣਾ ਇੱਕ ਚਮਚ, ਨਹੀਂ ਜ਼ਿਆਦਾ, ਇੱਕ ਦੋ, ਸੇਂਦਾ ਨਮਕ ਨਾ ਥੋੜਾ ਜ਼ਿਆਦਾ ਲੱਗਦਾ, ਪਾਓ ਹੋਰ, ਸੇਂਦਾ ਘੱਟ ਲੱਗਦਾ ਹੁੰਦਾ ਸਗੋਂ, ਇਹ ਜ਼ਿਆਦਾ ਲੱਗਦਾ ਬੱਚਾ, ਹੋਰ ਪਾਓ ਇੱਕ ਹਲਦੀ ਕਿੰਨੀ ਮਸਾਲਾ ਪਾ ਦੋ ਮੈਂ ਪਾਣੀ ਪਾਣਾ ਵਿੱਚ ਖੁਸ਼ਬੂ ਦੇਖੋ ਇੰਨੀ ਖੁਸ਼ਬੂ ਆ ਰਹੀ ਹੈ ਨਾ ਮੈਨੂੰ ਲੱਗਦਾ ਯਾਰ ਜਿਹੜੇ ਉਹ ਸ਼ਾਹੀ ਪਨੀਰ ਸ਼ਾਹੀ ਪਨੀਰ ਬਣਦੇ ਐਵੇਂ ਦੀ ਐਵੇਂ ਵਧੀਆ ਹੁੰਦੀ ਗ੍ਰੇਵੀ ਐਵੇਂ ਦੀ ਹੁੰਦੀ ਹੈ ਨਾ ਹੋ ਗਿਆ ਹੁਣ ਦੱਸੋ ਕਿੰਨੇ ਕੋਕ ਕੋਲੀਆਂ ਉਹ ਜੱਗ ਪਿਆ ਜੱਗ ਉਹ ਜੱਗ ਨਾ ਤੁਹਾਨੂੰ ਪਾਉਣਾ ਨਹੀਂ ਹੋਣਾ ਇਹ ਰਾਮ ਨਾਲ ਪੈਂਦਾ ਵਾ ਢੱਕਣ ਤਾਂ ਨਹੀਂ ਗਿਰ ਜਾਏਗਾ ਨਹੀਂ ਢੱਕਣ ਨਹੀਂ ਗਿਰੇਗਾ ਪਰ ਬਿਲਕੁਲ ਰਾਮ ਨਾਲ ਨਹੀਂ ਕਿ ਹਾਂ ਥੋੜਾ ਇਦਾਂ ਕਰਕੇ ਬਸ ਹੋਰੀ ਹੋਰੀ ਢੱਕਣ ਬੰਦ ਕਰਨਾ ਹੁੰਦਾ ਢੱਕਣ ਬੰਦ ਕਰੋ ਪਲੀਜ਼ ਏਦਾਂ ਨੀ ਮੈਂ ਕਰਨ ਲੱਗਾ ਬੰਦ ਮੈਂ ਇੱਥੇ ਇੱਥੇ ਸਭ ਛੁੱਟ ਕੇ ਭੱਜ ਜਾਣਾ ਮੈਂ ਬੋਲੋ ਨਾ ਤੇ ਨਾਲੇ ਕੁੱਕਰ ਨੂੰ ਨਾ ਗੈਸ ਤੇ ਸੈੱਟ ਕਰਕੇ ਰੱਖੋ ਟੇਢਾ ਕਰਕੇ ਰੱਖਿਆ ਚੱਲ ਜਿੰਨਾ ਪਿਆਰ ਨਾਲ ਬੋਲੋਗੇ ਉਨੇ ਪਿਆਰ ਨਾਲ ਸੋਚੋ ਨਹੀਂ ਮੈਂ ਆਪ ਬਾਪੇ ਬਣਾ ਲੈਣੀ ਤੇ ਕੁੜੀ ਚੱਕੋ ਨਾ ਸਬਜ਼ੀ ਸਿੱਕਣੀ ਮੈਂ ਹਾਂ ਹੁਣ ਨਹੀਂ ਸੱਚੀ ਦੱਸਾਂ ਨਾ ਇਹ ਤੁਸੀਂ ਅੱਜ ਬਣਾਣੀ ਨਾ ਦੁਬਾਰਾ ਨਹੀਂ ਬਣਾ ਸਕਦੇ ਮੇਰੇ ਤੋਂ ਖਾ ਲਿਓ ਸ਼ਰਤ ਲਾ ਲਓ ਕਿੰਨੀ ਕਿੰਨੀ ਦੀ 1000 ਦੀ ਇੰਨੀ ਸਸਤੀ ਸ਼ਰਤ ਨਹੀਂ ਲਾਉਂਦਾ ਮੈਂ ਨਹੀਂ ਮੈਂ 1000 ਦੀ ਲਾਉਣੀ ਆ ਅੱਜ ਵੱਧ ਲਾਓ ਨਾ ਫਾਇਦਾ ਕੀ ਮੈਂ ਮੇਰੀ ਮਰਜ਼ੀ ਮੈਂ ਜਿੱਤਣਾ ਹੈ 5-5000 ਦੀ ਹੋ ਗਈ ਨਹੀਂ 1000 ਜਾਂਦੀ ਹੈ ਡਨ ਨੇ ਹੂੰ ਦੇਖ ਲੈ ਕਿ ਤੁਹਾਨੂੰ ਯਾਦ ਨਹੀਂ ਰਹਿਣਾ ਸਭ ਸੇਕ ਗਏ ਮੈਡਮ ਫਿਰ ਦੱਸਿਆ ਨਾ ਤੁਸੀਂ ਪਹਿਲਾਂ ਦੱਸੇ ਮੈਂ ਗੇਮ ਲਾ ਲਈ ਸੀਟੀਆਂ ਵਜਾ ਕੇ ਗੇਮ ਖੇਡਾਂਗਾ ਪਹਿਲੀ ਸੀਟੀ ਵੱਜੀ ਹਾਂ ਗੱਪੂ ਓਏ ਮੇਰੇ ਭੰਬੂ ਓਏ ਮੇਰੇ ਭੰਬੂ ਪਾਪਾ ਜੀ ਅੱਧੀ ਲੋਤੀ ਗਾਏਗਾ ਦੂਜੀ ਸੀਟੀ ਆ ਰਹੀ ਕਿੰਨੀਆਂ ਸੀਟੀਆਂ ਵੱਜਣਗੀਆਂ 5-6 ਵੱਜਣਗੀਆਂ ਤੇ ਨਾਲ ਦੀ ਵੱਜ ਜਾਣੀਆਂ ਹੋਣੀ ਦੱਸ ਦਿਓ ਪੀ ਬਣ ਗਈ ਯਾਰ ਬੜੀ ਘੈਂਟ ਖੁਸ਼ਬੂ ਆ ਰਹੀ ਕਲਰ ਦੇਖਿਆ ਕਲਰ ਦੇਖੋ ਕਲਰ ਕਾਲੇ ਚਨੇ ਉਹ ਡੱਬੇ 'ਚ ਪਏ ਨੇ ਕੀ ਕਰਨਾ ਮੈਨੂੰ ਦੱਸੋ ਪਾਣੀ ਛੰਨਣੀ ਹੈਗੀ ਡੋਲਣ ਵਾਲੀ ਕਿਵੇਂ ਡੋਲਣ ਆਈਡੀਆ ਨਾਲ ਪਰਾਂ ਜੋ ਪਰਾਂ ਜੋ ਉਧਰੋਂ ਉਧਰੋਂ ਇਧਰੋਂ ਕਦੀ ਕੰਮ ਕੀਤਾ ਹੋਵੇ ਤਾਂ ਪਤਾ ਲੱਗੇ ਮੈਗੀ ਤੁਹਾਨੂੰ ਕੌਣ ਬਣਾ ਕੇ ਖਵਾਉਂਦਾ ਮੈਗੀ ਚੱਲ ਰਹੀ ਪਤਾ
ਆਲੂ ਨਹੀਂ ਨਾ ਪਾਉਂਦੇ ਤਾਂ ਕਰਕੇ ਜਿਹੜਾ ਦੇਸੀ ਜਿਹਾ ਹੁੰਦਾ ਸੀ ਨਾ ਉਹ ਜ਼ਿਆਦਾ ਵਧੀਆ ਹੁੰਦਾ ਪੀਜ਼ਾ ਨਹੀਂ ਤੁਹਾਨੂੰ ਚਲਾਉਣਾ ਨਹੀਂ ਆ ਰਿਹਾ ਤੁਹਾਡੇ ਹੱਥ ਨਹੀਂ ਛੱਡਿਆ ਨਾ ਦੋ ਆਲੂ ਇਹਨਾਂ ਨੂੰ ਕੱਟਣਾ ਨਹੀਂ ਬਸ ਇਹਨਾਂ ਨੂੰ ਧੋ ਕੇ ਸਬੂਤੇ ਇਹਦੇ 'ਚ ਪਾ ਦੇਣਾ ਠੀਕ ਆ ਹਾਂ ਬਾਅਦ 'ਚ ਇਹਨਾਂ ਨੂੰ ਆਪਾਂ ਮੈਸ਼ ਕਰ ਦਿੰਦੀ ਨਾ ਮੈਂ ਬੋਇਲ ਹੋ ਜਾਂਦਾ ਨਾ ਪੂਰਾ ਫਿਰ ਮੈਸ਼ ਕਰ ਦਿੰਦੇ ਹਾਂ ਸਬਜ਼ੀ ਖਲਾਰਾ ਕਿੰਨੇ ਸਾਹਮਣਾ ਹੈ ਲਿਆਓ ਪਾ ਕੇ ਰੋਟੀ ਸਬਜ਼ੀ ਬਣਾ ਛੱਡੀਆਂ ਸੀ ਹੈ ਬਾਬੂ ਮੰਮਾ ਨੂੰ ਕੋਈ ਲੋਚੀ ਬਣਾ ਦੋ ਲੋਚੀ ਤਾਂ ਪਾ ਲਿਓ ਸਬਜ਼ੀ ਤਾਂ ਪਾਪਾ ਨੇ ਬਣਾ ਦਿੱਤੀ ਏ ਮੰਮਾ ਨੂੰ ਕੌਣ ਕਹਿ ਜੋ ਕਿ ਮੈਂ ਪਾਪਾ ਕੋਲ ਆਉਣਾ ਹੁਣ ਆ ਜਾ ਪਾਪਾ ਦੀ ਗੋਦੀ ਚ ਬੜੀ ਸੋਹਣੀ ਲੱਗ ਰਹੀ ਹੈ ਰੰਗ ਵੀ ਬੜਾ ਪਿਆਰਾ ਲੱਗ ਰਿਹਾ ਲੱਗ ਰਿਹਾ ਰੰਗ ਹੈ ਬਾਬੂ ਤੁਸੀਂ ਖਾਣ ਵਾਲੇ ਹੁੰਦੇ ਨਾ ਤੁਸੀਂ ਕਹਿ ਕੇ ਕਹਿੰਦੇ ਪਾਪਾ ਲਵ ਯੂ ਚੌਲ ਕਿਰਨੇ ਬਣਾਏ ਜੀ ਇਹਦੀ ਮੈਂ ਗ੍ਰੈਡਿਟ ਨਹੀਂ ਲੈਂਦਾ ਗਰੰਟੀ ਨਹੀਂ ਲੈਂਦਾ ਕਹਿੰਦੇ ਮੈਂ ਆਪਣੀ ਸਬਜ਼ੀ ਦੀ ਗਰੰਟੀ ਪੂਰੀ ਲੈ ਲੈਣਾ ਮੈਂ ਇੱਕ ਚਮਚ ਲੈ ਕੇ ਦੇਖ ਲਾਂ ਵਿੱਚੋਂ ਹੀ ਕਿਰਨ ਇਹ ਤਾਂ ਜਮੇ ਉਮੇ ਦੇ ਬਣੇ ਨੇ ਜਿਵੇਂ ਤੁਸੀਂ ਬਣਾਉਂਦੇ ਹੋ ਹਾਂ ਇਹ ਕਿਉਂ ਇੱਦਾਂ ਦੇ ਬਣੇ ਨੇ ਮਤਲਬ ਤੁਸੀਂ ਤੁਹਾਡੇ ਉਹਦੇ ਵਰਗਾ ਦਾ ਤੁਹਾਡੀ ਟੈਕਨੀਕ ਦੇ ਅਕੋਰਡਿੰਗ ਸੇਮ ਉਹੀ ਚੀਜ਼ ਬਣੀ ਹੈ ਲਓ ਜੀ ਅੱਜ ਪਹਿਲਾ ਮਿਸ਼ਨ ਪਾਰ ਹੋਇਆ ਜੋਣੇ ਨੇ ਬਣਾਏ ਕਾਲੇ ਛੋਲਿਆਂ ਦੀ ਸਬਜ਼ੀ ਤਰੀ ਵਾਲੀ ਮੈਂ ਬਣਾਵਾਂਗਾ ਨੈਕਸਟ ਸਬਜ਼ੀ ਪੱਕਾ ਸੇਮ ਆਹੀ ਬਣਾਵਾਂਗਾ ਬਾਕੀ ਹੋਰ ਵੀ ਕੋਈ ਬਣਾਵਾਂਗਾ ਸੇਮ ਹੀ ਹੁੰਦੀ ਨਾ ਬਾਕੀ ਰਾਜਮਾ ਚਿੱਟੇ ਛੋਲੇ ਦਾਲ ਸੇਮ ਇੱਦੇ ਬਸ ਚੱਕ ਦੇ ਫੱਟੇ ਹੋਣ ਬਸ ਸੀਟੀਆਂ ਦਾ ਹਿਸਾਬ ਹੋਏਗਾ ਬਸ ਤੁਸੀਂ ਆ ਕੱਲਾ ਖਾ ਕੇ ਦੇਖੋ ਪਹਿਲਾਂ ਕੱਲੇ ਕੱਲੇ ਕਿਵੇਂ ਦੇ ਬਣੇ ਨੇ ਪੱਕੀ ਗੱਲ ਇਹਨਾਂ ਕਿੰਨੇ ਨੰਬਰ ਪੂਰੇ ਪੂਰੇ ਕਿੰਨੇ ਚੋਂ ਕਿੰਨੇ ਦੱਸ ਤੂੰ ਦੱਸ ਕਿਉਂਕਿ ਸੇਮ ਬਣੇ ਰੋ ਤਾਂ ਨਹੀਂ ਮਿੰਟ ਲਾਉਂਦੇ ਮੁੱਦੇ ਹੁੰਦੇ ਬਾਬੂ ਸਿੱਧੇ ਜੋ ਸਿੱਧੇ ਆ ਦੁੱਧ ਪੀਤਾ ਸਿੱਧੇ ਜੋ ਸਿੱਧੇ ਸਿੱਧੇ ਜੋ ਸਿੱਧੇ ਜੋ ਚਲ ਇੱਧਰ ਆ ਮੇਰੇ ਵਾਲਾ ਜੋ